ਉਹ ਕੋਈ ਵਿਰੋਸ਼ੀ ਦੀ ਦੁਆ ਪਾ ਕੇ ਜਿਹੜੇ ਐਕਸ ਐਮ ਐਲ ਐਕਸ ਮਿਨਿਸਟਰ ਆਪਣੇ ਸ਼੍ਰੀ ਜਗਦੀਸ਼ ਸਿੰਘ ਗਰਚ ਬੜੇ ਸੀਨੀਅਰ ਲੀਡਰ ਹੈ ਉਹਨਾਂ ਦੇ ਕੋਈ ਥਾਣੇ ਦੇ ਵਿੱਚ ਉਵੇਂ ਪਾ ਕੇ ਅਤੇ ਰਾਤ ਉਹਨਾਂ ਦੇ ਘਰ ਜੋ ਵੈਲਿਊਏਬਲ ਕੀਮਤੀ ਚੀਜ਼ਾਂ ਹੁੰਦੀਆਂ ਗਹਿਣਾ ਜਾਂ ਹੋਰ ਅਜੇ ਕਿਸੇ ਨੂੰ ਆਈਡੀਆ ਨਹੀਂ ਉਹ ਲੈ ਕੇ ਚਲਿਆ ਗਿਆ ਬਿਹੋਸ਼ ਸੀਗੇ ਅੰਦਰ ਗਰਚਾ ਸਾਹਿਬ ਹਾਂ ਹਾਂ ਹੁਣ ਤਾਂ ਬਿਹੋਸ਼ ਪਿਆ ਸੀ ਸਾਰਾ ਟੱਬਰ ਹੀ ਬਿਹੋਸ਼ ਸੀਗਾ ਕੌਣ ਕੌਣ ਸੀਗੇ ਘਰ ਚ ਘਰ ਚ ਸੀਗਾ ਇੱਕ ਗਰਚਾ ਸਾਹਿਬ ਸੀ ਉਹਦੀ ਘਰ ਵਾਲੀ ਸੀਗੀ ਇੱਕ ਉਹਨਾਂ ਦੀ ਭੈਣ ਆਈ ਸੀ ਪਰੌਣੀ ਤੇ ਇੱਕ ਕੰਮ ਵਾਲੀ ਹਜੇ ਇਹਨਾਂ ਕੋਲੇ ਪਰਿਵਾਰ ਕੋਲੇ 3 ਮਹੀਨੇ ਹੋ ਗਏ ਕੰਮ ਕਰਦੇ ਆ ਹਜੇ ਇਹਨਾਂ ਕੋਲੇ ਕੋਈ ਪਿਕਚਰ ਨਹੀਂ ਉਹਦੀ ਨਾ ਤਾਂ ਕੋਈ ਵੈਰੀਫਿਕੇਸ਼ਨ ਹੋਈ ਸੀ ਨਾ ਪਿਕਚਰ ਹੈ ਪਰ ਉਹਦੇ ਚੋਂ ਇਹਨਾਂ ਨੂੰ ਜਿਹੜਾ ਜਿਹੜੇ ਬੰਦੇ ਨੇ ਰਖਾਇਆ ਸੀ ਉਹ ਖੰਨੇ ਵਾਲੇ ਬੰਦੇ ਨੂੰ ਜਾਣਦਾ ਸੀ ਅਤੇ ਖੰਨੇ ਵਾਲੇ ਬੰਦੇ ਨੇ ਅੱਗੇ ਕਰਕੇ ਉਹਨੂੰ ਰਖਾਇਆ ਅਤੇ ਸਮਾਨ ਸਾਰਾ ਖਿਲਰਿਆ ਪਿਆ ਹੁੰਦਾ ਸਮਾਨ ਖਿਲਰਿਆ ਪਿਆ ਅਲਵਾਰੀਆਂ ਖੁੱਲੀਆਂ ਸਭ ਖੁੱਲੀਆਂ ਪਈਆਂ ਕੋਈ ਨਹੀਂ ਇੱਕ ਬੜਾ ਸੈਡ ਇੰਸੀਡੈਂਟ ਹੈ ਜਿਹਦੇ ਵਿੱਚ ਉਹ ਕਹਿ ਸਕਦੇ ਹਾਂ ਵੀ ਇੱਕ ਜਿਹੜਾ ਸਰਵੈਂਟ ਰੱਖਿਆ ਹੋਇਆ ਸੀ ਉਹ ਸਰਵੈਂਟ ਹੈ ਜਿਹੜਾ ਕਰੀਬ 3 ਮਹੀਨੇ ਤੋਂ ਰੱਖਿਆ ਹੋਇਆ ਸੀ ਉਹ ਕੋਈ ਬਿਹੋਸ਼ੀ ਦੀ ਦੁਆ ਪਾ ਕੇ ਜਿਹੜੇ ਐਕਸ ਐਮ ਐਲ ਐਕਸ ਮਿਨਿਸਟਰ ਆਪਣੇ ਸ਼੍ਰੀ ਜਗਦੀਸ਼ ਸਿੰਘ ਗਰਚਾ ਬੜੇ ਸੀਨੀਅਰ ਲੀਡਰ ਹੈ ਉਹਨਾਂ ਦੇ ਕੋਈ ਖਾਣੇ ਦੇ ਵਿੱਚ ਉਵੇਂ ਪਾ ਕੇ ਅਤੇ ਰਾਤ ਉਹਨਾਂ ਦੇ ਘਰ ਜੋ ਵੈਲਿਊਏਬਲ ਕੀਮਤੀ ਚੀਜ਼ਾਂ ਹੁੰਦੀਆਂ ਗਹਿਣਾ ਜਾਂ ਹੋਰ ਹਜੇ ਕਿਸੇ ਨੂੰ ਆਈਡੀਆ ਨਹੀਂ ਉਹ ਲੈ ਕੇ ਚਲਿਆ ਗਿਆ ਮੁੱਢਲੇ ਤੌਰ 'ਤੇ ਜਿਹੜਾ ਫੈਮਿਲੀ ਮੈਂਬਰਸ ਨੂੰ ਪੁੱਛਣ 'ਤੇ ਪਾਇਆ ਗਿਆ ਜਿਹੜਾ ਉਹ ਪਾਇਆ ਹਜੇ ਇਹਨਾਂ ਕੋਲ ਪਰਿਵਾਰ ਕੋਲ 3 ਮਹੀਨੇ ਹੋ ਗਏ ਕੰਮ ਕਰਦੇ ਹਾਂ ਹਜੇ ਇਹਨਾਂ ਕੋਲ ਕੋਈ ਪਿਕਚਰ ਨਹੀਂ ਉਹਦੀ ਮਤਲਬ ਨਾ ਤਾਂ ਕੋਈ ਵੈਰੀਫਿਕੇਸ਼ਨ ਹੋਈ ਸੀ ਨਾ ਪਿਕਚਰ ਹੈ ਪਰ ਉਹਦੇ 'ਚੋਂ ਇਹਨਾਂ ਨੂੰ ਜਿਹੜਾ ਜਿਹੜੇ ਬੰਦੇ ਨੇ ਰਖਾਇਆ ਸੀ ਉਹ ਖੰਨੇ ਵਾਲੇ ਬੰਦੇ ਨੂੰ ਜਾਣਦਾ ਸੀ ਅਤੇ ਖੰਨੇ ਵਾਲੇ ਬੰਦੇ ਨੇ ਅੱਗੇ ਕਰਕੇ ਉਹਨੂੰ ਰਖਾਇਆ ਸੀ ਫਿਲਹਾਲ ਜਿਹੜਾ ਨੰਬਰ ਫੈਮਿਲੀ ਕੋਲ ਸੀਗਾ ਉਹ ਨੰਬਰ ਪਤਾ ਕੀਤਾ ਸਵਿਚਡ ਆਫ ਆ ਰਿਹਾ ਬੇਸਿਕ ਇਹ ਪਰਪਜ਼ ਲੱਗਦਾ ਵੀ ਇੱਕ ਸਰਵੈਂਟ ਨੇ ਜਦੋਂ ਉਹਦੇ ਪਰਿਵਾਰ ਨੂੰ ਕੋਈ ਖਾਣੇ ਦੇ ਵਿੱਚ ਨਸ਼ੀਲੀ ਚੀਜ਼ ਪਾ ਕੇ ਅਤੇ ਉਹਦੇ 'ਚ ਜਿਹੜੀ ਮੇਨ ਮਕਸਦ ਉਹਦਾ ਚੋਰੀ ਕਰਨਾ ਸੀ ਅਤੇ ਉਹਨੇ ਉਹ ਲੈ ਗਿਆ ਜਿਹੜਾ ਮੁੱਢਲੇ ਤੌਰ 'ਤੇ ਇੱਥੇ ਪੁੱਛਣ ਪੜਤਾਲ 'ਤੇ ਲੱਗਦਾ ਹੈ ਵੀ ਇਹ ਲੇਟ ਨਾਈਟ ਮਤਲਬ ਅਰਲੀ ਮੋਰਨਿੰਗ ਜਿਹੜਾ ਉਹਦੀ ਕੀਤਾ ਗਿਆ ਕ੍ਰਾਈਮ ਹਜੇ ਆਸੇ ਪਾਸੋਂ ਅਸੀਂ ਚੈੱਕ ਕਰਾਂਗੇ ਕਿਉਂਕਿ ਮੇਨ ਜਦੋਂ ਇੰਸੀਡੈਂਟ ਹੁੰਦਾ ਤਾਂ ਤੁਹਾਨੂੰ ਫੈਮਿਲੀ ਤੋਂ ਮਿਲਦਾ ਬੇਟਾ ਬੇਟਾ ਇਹਨਾਂ ਦਾ ਦਿੱਲੀ ਗਿਆ ਹੋਇਆ ਉਹਨਾਂ ਨਾਲ ਅਸੀਂ ਤਾਲਮੇਲ ਕਰ ਲਿਆ ਅਤੇ ਉਹਦੇ ਤੋਂ ਅਸੀਂ ਜਿਹੜੀਆਂ ਵੈਲਿਊਏਬਲ ਕਲੂਜ਼ ਜਿਹੜੀਆਂ ਹੁੰਦੀਆਂ ਜੇ ਇਮੀਡੀਏਟ ਕੋਈ ਵੈਰੀਫਿਕੇਸ਼ਨ ਨਹੀਂ ਕਰਾਈ ਚਲੋ ਉਹ ਵੱਖਰੀ ਗੱਲ ਹੈ ਬਟ ਉਹਦੇ 'ਚ ਕੋਈ ਫੋਟੋ ਨਹੀਂ ਹੈਗੀ ਕੋਈ ਨਾ ਕੋਈ ਕਿਸੇ ਫੰਕਸ਼ਨ ਦੀ ਕਿਸੇ ਦੁਕਾਨ ਦੇ ਉੱਤੇ ਸੌਦਾ ਲੈਣ ਜਾਂਦੇ ਹੁੰਦੇ ਆ ਜਾਂ ਕਿਤੇ ਮਾਰਕੀਟ ਦੇ ਵਿੱਚ ਨਾਲ ਜਾਂਦਾ ਜਿੱਥੋਂ ਸਾਨੂੰ ਉਹਦੀ ਜਿਹੜੇ ਮੇਨ ਦੇਖੋ ਪੁਲਿਸ ਨੇ ਲੱਭਣਾ ਕਿੱਥੋਂ ਦੋ ਚੀਜ਼ਾਂ ਤੋਂ ਲੱਭਣਾ ਸਭ ਤੋਂ ਪਹਿਲਾਂ ਅਸੀਂ ਉਹ ਬੰਦੇ ਦੀ ਫੋਟੋ ਜਾਣਨਾ ਚਾਹਾਂਗੇ ਵੀ ਪਿਕਚਰ ਕਿਹੜੀ ਹੈ ਹਜੇ ਤੱਕ ਸਾਨੂੰ ਉਹ ਪਿਕਚਰ ਨਹੀਂ ਮਿਲੀ ਬਟ ਅਸੀਂ ਉਹਨੂੰ ਨੋ ਡਾਊਟ ਕਿ ਜਿਵੇਂ ਬਾਕੀ ਕੇਸਿਸ ਟਰੇਸ ਕੀਤੇ ਆ ਇਸ ਕੇਸ ਨੂੰ ਵੀ ਟਰੇਸ ਕਰ ਲਾਂਗੇ ਦੂਜੀ ਜਿਹੜੀ ਸਾਡਾ ਮੇਨ ਕੰਸਰਨ ਹੈ ਕਿਉਂਕਿ ਇਹ ਬੜੇ ਸੀਨੀਅਰ ਜਿਹੜੇ ਜਗਦੀਸ਼ ਗਰਚਾ ਜੀ ਹੈ ਉਹਨਾਂ ਦਾ ਜਿਹੜੀ ਹੈਲਥ ਬਾਰੇ ਕੰਸਰਨ ਹੈ ਮੈਂ ਹੋਸਪਿਟਲ ਜਾ ਕੇ ਆਇਆ ਉਹ ਪੰਚਮ ਹੋਸਪਿਟਲ ਸੀਗੇ ਬਾਕੀ ਫੈਮਿਲੀ ਜਿਹੜੇ 3 ਮੈਂਬਰਸ ਨੂੰ ਉਹਨਾਂ ਨੇ ਦਿੱਤੀ ਸੀ ਖਾਣੇ ਵਾਲੀ ਉਹਨਾਂ ਨੂੰ ਹੋਸ਼ ਆ ਗਈ ਹੈ ਇਹਨਾਂ ਦੇ ਜਗਦੀਸ਼ ਗਰਚਾ ਜੀ ਦੇ ਹਜੇ ਪੈਰਾਮੀਟਰਸ ਆ ਜਿਹੜੇ ਬੀ ਪੀ ਪਲਸ ਰੇਟ ਅਤੇ ਹਾਰਟ ਦੀ ਈਕੋ ਉਹ ਜਿਹੜੀ ਨੋਰਮਲ ਆ ਰਹੀ ਹੈ ਬਟ ਹਜੇ ਉਹ ਬੇਹੋਸ਼ੀ ਦੇ ਵਿੱਚ ਆ ਉਹਨਾਂ ਨੂੰ ਅਸੀਂ ਸੁਜੈਸਟ ਕੀਤਾ ਹੈ ਮੇਰੀ ਡੀ ਐਮ ਸੀ ਦੇ ਸੀਨੀਅਰ ਜਿਹੜੀ ਉਹਨਾਂ ਨਾਲ ਗੱਲ ਹੋ ਗਈ ਹੈ ਵੀ ਤਾਂ ਕਿ ਉਹ ਜ਼ਿਆਦਾ ਉੱਥੇ ਉਹਨਾਂ ਕੋਲ ਸਫਿਸਟੀਕੇਟਡ ਸਾਰੇ ਇੰਸਟਰੂਮੈਂਟ ਆ ਵੀ ਇਹਨਾਂ ਨੂੰ ਪਸਚਮ ਹੋਸਪਿਟਲ ਤੋਂ DMC ਸ਼ਿਫਟ ਕਰ ਲਈਏ ਸਭ ਤੋਂ ਪਹਿਲਾਂ ਤਾਂ ਅਸੀਂ ਪ੍ਰੇ ਕਰਦੇ ਹਾਂ ਵੀ ਉਹਨਾਂ ਦੀ ਹੈਲਥ ਠੀਕ ਹੋਵੇ ਦੂਸਰਾ ਹਜੇ ਕਈ ਪੁਆਇੰਟ ਆ ਮੈਂ ਇਨਵੈਸਟੀਗੇਸ਼ਨ ਦੇ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕੂੰਗਾ ਡਿਟੇਲ ਨਹੀਂ ਇੱਕ ਇਹਨਾਂ ਦੇ ਭੂਆ ਜੀ ਸੀਗੇ ਇੱਕ ਬੋਸ ਇੱਕ ਉਹਨਾਂ ਦੇ ਮਿਸਿਜ਼ ਹੈ ਇੱਕ ਮਿਸਿਜ਼ ਹੈ ਅਤੇ ਇੱਕ ਉਹਨਾਂ ਦੀ ਪੁਰਾਣੇ 10-12 ਸਾਲ ਤੋਂ ਲੇਡੀ ਸਰਵੈਂਟ ਹੈ ਜਿਹੜੀ ਮੇਡ ਹੈ ਉਹ 4 ਮੈਂਬਰ ਉਹਦੇ ਫੈਮਿਲੀ ਦੇ ਸੀ ਬੇਟਾ ਅਤੇ ਨੂੰਹ ਆ ਉਹਦੇ ਦਿੱਲੀ ਗਏ ਨਹੀਂ ਇਹ ਹਜੇ ਤੱਕ ਜਿਹੜਾ ਪਰਿਵਾਰ ਵੱਲੋਂ ਦੱਸਿਆ ਗਿਆ ਉਹ ਨੇਪਾਲੀ ਦੱਸਿਆ ਗਿਆ ਇਹ ਦੱਸਿਆ ਇੱਕ ਇੱਥੋਂ ਦੇ ਲੋਕਲ ਬੰਦੇ ਨੇ ਰਖਵਾਇਆ ਸੀ ਲੋਕਲ ਬੰਦੇ ਨੂੰ ਗਾਂ ਖੰਨੇ ਦੇ ਬੰਦੇ ਨੇ ਰੈਫਰੈਂਸ ਦਿੱਤਾ ਸੀ ਅਸੀਂ ਹੁਣ ਬੈਕ ਟ੍ਰੇਲ ਇਮੀਡੀਏਟ ਦੋ ਹੀ ਚੀਜ਼ਾਂ ਹੁੰਦੀਆਂ ਇੱਕ ਜਿਹੜਾ ਰਖਵਾਉਣ ਵਾਲਾ ਅਤੇ ਦੂਜਾ ਫੋਟੋ ਫੋਟੋ ਹਜੇ ਤੱਕ ਸਾਡੇ ਕੋਲ ਇਮੈਜੀਨੇਸ਼ਨ ਹੈ ਵੀ ਫੋਟੋ ਕਿਹੋ ਜਿਹਾ ਬੰਦਾ ਹੋ ਸਕਦਾ ਲੰਮਾ ਸੀ ਛੋਟਾ ਸੀ ਕਿਹੋ ਜਿਹਾ ਸੀ ਕਿਉਂਕਿ ਕੋਈ ਉਹਦੇ ਕੋਲ ਰਿਕਾਰਡ ਹੈ ਨਹੀਂ ਸਾਡੇ ਕੋਲ ਨਹੀਂ ਅੰਦਰ ਦੇਖੋ ਅਲਮਾਰੀਆਂ ਦੇ ਵਿੱਚੋਂ ਸਮਾਨ ਖਿਲ ਰਿਹਾ ਪਿਆ ਹਾਲਾਤ ਸਿੰਪਲ ਹੈ ਅਦਰਵਾਈਜ਼ ਇਹ ਹੈ ਮਕਸਦ ਜਿਹੜਾ ਇਹ ਹੈ ਵੀ ਚੋਰੀ ਕਰਨਾ ਅਤੇ ਪਰਿਵਾਰ ਨੂੰ ਜਿਹੜਾ ਬਿਹੋਸ਼ੀ ਦੀ ਚੀਜ਼ ਪਾ ਕੇ ਅਤੇ ਉਦੋਂ ਬਾਅਦ ਉਹਦੀ ਚੋਰੀ ਕਰਨ ਦਾ ਵਕਤ
नहीं हजे तक कुछ अजे नहीं पता लग्या क्योंकि हुण असीं देखो एक तो हुंदा जिहड़ा इस हाउस दे विच सीसीटीवी होवे जे उत्थों ना मिले जां परिवार वल्लों ना मिले असीं दुख दी कड़ी हजे परिवार दे मैंबरां नूं साडा फस्ट कंसर्न इह है चोरी हो गई वो एक चोरी होना तो चोरी दे विच लब्भे जाणा अदर पार्ट आ साडा जिहड़ा मेन मकसद इह है भी उहनां दी एक एडे बड़े सीनियर जिहड़े नेता उन्हां दी जिहड़ी जान दा प्रोपर सही इलाज होवे असीं भावें कि पुलिस का काम तो क्राइम नूं लभणा असीं डॉक्टर की टीम के नाल भी टाइमली करके साडे ऑफिसर ने उन्हां दी फस्ट साडा इह है भी आपदी होश दे विच प्रोपर आउण ते फिर उदू बाद असीं आपदा बाकी क्राइम इह परिवार दे जिहड़ा ना इन्हां दे काम चल रहे कंस्ट्रक्शन दा तुसीं देखिया होणा घर दे विच बहुत सारे जाने इन्हां दे जिहड़े आ रगड़ाई वाले आ रहे अंदर वारनिश हो रहे हैं उन्होंने आके सवेरे देखा भी कोई दरवाजा खुला कोई बोल नहीं रहा जो अंदर जाके गया तो उन्होंने देखा भी आपके बेहोश जोड़े हो पाए हाँ मोस्ट प्रॉब्ली देखो ये सारिया ना क्यास राई हैं जी लेडी होश आई है उन्हें यह दसिया भी रात असी खाना खाधा सी वक्ख वक्ख टाइम पर खाना खाधा वक्ख वक्ख टाइम पर उदे ही होया तो इस करके इनू ये मान लिया जाता भी खाने के ही मोस्ट प्रॉब्लम नहीं वो हजे खाना तो वह ना जी वो डॉक्टर जोड़े है जो करते हैं सारा कुछ वो सारे सैंपल भी लेंदे है उदू बाद जड़िया इतने घर चीज़ा पी आपकी फ्रेंसिक है साइबर सैल है असी वक् वक् एड्स के नाल लवेंगे पर फस्ट मैं थोड़े राही भी अपील करना चाहूँगा जिहड़े इन्हां दे गुआंढ आ जां इन्हां दे शुभ चिंतक है जिहड़े इन्हां नूं गर्चा जी नूं प्यार करन वाले बंदे किसे कोले वो पिक्चर हो जाए ना सब तो पहलां सानूं पिक्चर शेयर करन तो असीं सारे रेलवे स्टेशन थ्रू आउट इंडिया बस स्टैंड ते असीं वो पिक्चर्स नूं शेयर करांगे सो दैट कि किसे नूं दस तां सकीए ना भी बंदा किहो जिहा सीगा हाँ लगभग कंगाल रहे कंगाल किन्ने कु वजे होई की होया सी थोड़ा दस दूंगा डिटेल सानूं इह नहीं पता किन्ने वजे असीं भी गुआंढ ही रहिंदे आ अच्छा ਕੀ ਹੋਇਆ ਸੀ ਥੋੜਾ ਦਾਦੂ ਨੇ ਲੁੱਟ ਕੀ ਇਹਨੂੰ ਕੌਣ ਕਿਨੇ ਲੁੱਟ ਕੀਤੀ ਆ ਕਿੱਦਾਂ ਪਤਾ ਲੱਗਾ ਤੁਹਾਨੂੰ ਉਹ ਭਰਾਵਾ ਹੁਣ ਮੈਨੂੰ ਨਹੀਂ ਪਤਾ ਗਵਾਂਢੀਆਂ ਨੂੰ ਉਹਨਾਂ ਨੂੰ ਪਤਾ ਹੋਊਗਾ ਮੈਂ ਤਾਂ ਨਾਲ ਪਰੇ ਰਹਿਣੀ ਆ ਅੱਛਾ ਹਾਂ ਤੇ ਕੀ ਬਿਹੋਸ਼ ਸੀ ਅੰਦਰ ਗੱਚਾ ਸਾਹਿਬ ਨੇ ਹਾਂਜੀ ਬਿਹੋਸ਼ ਸੀ ਅੰਦਰ ਗੱਚਾ ਸਾਹਿਬ ਹਾਂ ਹਾਂ ਹੁਣ ਤਾਂ ਬਿਹੋਸ਼ ਪਿਆ ਸੀ ਸਾਰਾ ਟੱਬਰ ਹੀ ਬਿਹੋਸ਼ ਸੀਗਾ ਹਾਂ ਹਾਂ ਕੌਣ ਕੌਣ ਸੀਗਾ ਘਰ ਚ ਘਰ ਚ ਸੀਗਾ ਇੱਕ ਗੱਚਾ ਸਾਹਿਬ ਸੀ ਉਹਦੀ ਘਰ ਵਾਲੀ ਸੀਗੀ ਇੱਕ ਉਹਨਾਂ ਦੀ ਭੈਣ ਆਈ ਸੀ ਪਰੌਣੀ ਤੇ ਇੱਕ ਕੰਮ ਵਾਲੀ ਸੀ ਬਸ ਆਹ ਹੀ ਸੀ ਅੱਛਾ ਤੇ ਕਿੱਦਾਂ ਕੰਡੀਸ਼ਨ ਕਿੱਦਾਂ ਜੀ ਪੈਸਾ ਦੀ ਕਿਹੜੀ ਜਗ੍ਹਾ ਤੁਸੀਂ ਉਹਨਾਂ ਦੀ ਭੈਣ ਦਾ ਤਾਂ ਮੈਨੂੰ ਪਤਾ ਨਹੀਂ ਕਿਹੜੀ ਜਗ੍ਹਾ ਤੋਂ ਕੰਡੀਸ਼ਨ ਕਿੱਦਾਂ ਜੀ ਉਹਨਾਂ ਦੀ ਅੰਕਲ ਤਾਂ ਜ਼ਿਆਦੇ ਨੇ ਬਾਕੀ ਥੋੜੇ ਨੇ ਅੱਛਾ ਤੇ ਕਾਰ ਕਿੰਨਾ ਕੁ ਦਿਖ ਰਿਹਾ ਹੈ ਇਹ ਬਹੁਤ ਤਾਕੀਆਂ ਲਵਾਰੀਆਂ ਸਭ ਖੁੱਲੀਆਂ ਪਈਆਂ ਸਭ ਖੋਲਾ ਪਾ ਕੇ ਬੈੱਡ ਤੇ ਵੀ ਹੋਸ਼ ਪਈ ਸੀ ਜਾਂ ਕਿਤੇ ਬੈੱਡ ਤੇ ਬੈੱਡ ਤੇ ਬੈੱਡ ਤੇ ਵੀ ਉੱਥੇ ਹੀ ਰੋਟੀ ਖਾਧੀ ਉੱਥੇ ਹੀ ਪੈ ਗਏ ਉੱਥੋਂ ਹੀ ਬਹੁਤ ਹੋ ਗਏ ਤੇ ਸਮਾਨ ਸਾਰਾ ਖਿਲਰਿਆ ਪਿਆ ਹੁੰਦਾ ਸਮਾਨ ਖਿਲਰਿਆ ਪਿਆ ਲਵਾਰੀਆਂ ਖੁੱਲੀਆਂ ਸਭ ਖੋਲੀਆਂ ਪਈਆਂ ਨੇ ਕੋਈ ਨਹੀਂ ਛੱਡੀ